ਜੈਨ ਜੀ ਵੈਸੇ ਤਾਂ ਮੈਂ ਹਾਰਪੁਰ ਨੂੰ ਬਿਲੋਂਗ ਕਰਦਾ ਮੇਰਾ ਆਪਣਾ ਏਰੀਆ ਏ ਤੇ ਮੇਰੀ ਪੋਸਟਿੰਗ ਪਹਿਲੀ ਵਾਰੀ ਹੋਈ ਏ ਤੇ ਵੈਸੇ ਤਾਂ ਸਾਡੇ ਸਾਰੇ ਨੈਸ਼ਨਲ ਲੈਵਲ ਤੇ ਪਤਾ ਹੈ ਜੀ ਹਾਰਪੁਰ ਦੇ ਲੋਕ ਨੇ ਬਹੁਤ ਸਦ ਭਾਵਨਾ ਤੇ ਸ਼ਾਂਤੀਪੂਰਵਕ ਨੇ ਤੇ ਜਿਹੜਾ ਦਸੂਹਾ ਆ ਫਿਲਹਾਲ ਮੈਨੂੰ 2 ਦਿਨ ਹੋਇਆ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਤੇ ਮੈਂ ਦਸੂਹਾ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਮੇਰਾ ਸਾਧਨ ਜਿਹੜੇ ਵੀ ਕੋਈ ਮਾੜੇ ਅਨਸਰ ਹੈ ਉਹਨਾਂ ਦੇ ਪ੍ਰਤੀ ਮੈਨੂੰ ਦੱਸਣ ਤੇ ਜਿਹੜਾ ਨਸ਼ਿਆਂ ਦੇ ਪ੍ਰਤੀ ਅਸੀਂ ਜਾਗਰੂਕ ਹੋਈਏ ਤੇ ਜਿਹੜਾ ਆਪਾਂ ਨਸ਼ਿਆਂ ਨੂੰ ਠੱਲ ਪਾਸ ਕੀਤਾ ਜੋ ਸਾਡੇ ਜਿਹੜੇ ਜਵਾਨ ਪੁੱਤ ਆ ਉਹ ਇਸ ਚੀਜ਼ ਦੇ ਸ਼ਿਕਾਰ ਨਾ ਹੋਣ ਤੇ ਇਸੇ ਤਰ੍ਹਾਂ ਕੱਲ ਨੂੰ ਇੱਕ ਪੰਜਾਬ ਬੰਦਾ ਵੀ ਸੱਦਾ ਤੇ ਮੇਰਾ ਸਾਰੀਆਂ ਜੱਥੇ ਬੰਦੀਆਂ ਨੂੰ ਇੱਕ ਬੇਨਤੀ ਹੈ ਕਿ ਅਸੀਂ ਆਪਣਾ ਜਿਹੜਾ ਸਨੇਹਾ ਦੇਣਾ ਉਹ ਸਨੇਹਾ ਦਈਏ ਆਪਾਂ ਇਹ ਇੱਕ ਸਾਡਾ ਅਧਿਕਾਰ ਹੈ ਲੇਕਿਨ ਇਹ ਆਪਣੇ ਹਰ ਇੱਕ ਚੀਜ਼ ਨੂੰ ਮੁੱਖ ਰੱਖਦੇ ਆਂ ਦੇਸ਼ ਦੀ ਸ਼ਾਂਤੀ ਨੂੰ ਮੁੱਖ ਰੱਖਦੇ ਆਂ ਸਾਡੇ ਇਲਾਕੇ ਦੀ ਸ਼ਾਂਤੀ ਨੂੰ ਮੁੱਖ ਰੱਖਦੇ ਆਂ ਕੋਈ ਅਸੀਂ ਅਜਿਹਾ ਕੰਮ ਨਾ ਕਰੀਏ ਜਿਸ ਦੇ ਨਾਲ ਕਿ ਸ਼ਾਂਤੀ ਆਪਣੀ ਸਾਡੀ ਸ਼ਾਂਤੀ ਭੰਗ ਹੋਵੇ ਅਤੇ ਕਿਸੇ ਦੇ ਹਿਰਦੇ ਨੂੰ ਕੋ ਸੱਟ ਵੱਜੇ ਤੇ ਮੇਰਾ ਦੋਨਾਂ ਜਿਹੜੇ ਆਪਣੇ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਨੂੰ ਭਾਵੇਂ ਉਹ ਬੰਦ ਕਰਵਾਉਣ ਵਾਲੇ ਜਾਂ ਵਪਾਰ ਮੰਡਲ ਵਾਲੇ ਜੋ ਵੀ ਹਨ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਸਾਡਾ ਜਿਹੜਾ ਇਹ ਕਲ ਦੇ ਬੰਦ ਚ ਸਾਹ ਦੇਣ ਤੇ ਸ਼ਾਂਤੀ ਤੇ ਸਤਿ ਭਾਵਨਾ ਬਣਾਈ ਰੱਖਣ ਅਤੇ ਆਪਾਂ ਅਜਿਹਾ ਕਰਾਏ ਕੋ ਨਾ ਕਰੀਏ ਜਿਹਦੇ ਨਾਲ ਕਿਸੇ ਨੂੰ ਕੋਈ ਮੁਸ਼ਕਲ ਹੋਵੇ ਅਤੇ ਕਿਸੇ ਕਿਸੇ ਦੇ ਹਿਰਦੇ ਨੂੰ ਠੇਸ ਪਹੁੰਚੇ ਧੰਨਵਾਦ ਜੀ